ਇਹ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੇ ਗੁਆਂਡ ਚ ਮਿਲਿਆ ਧਰਤੀ ਦੇ ਥੱਲੇੋਂ ਤੇਲ ਦਾ ਭੰਡਾਰ ਜਨਤਾ ਚ ਸ਼ਾਈ ਖੁਸ਼ੀ ਦਾਦਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਤੋਂ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਪੰਜਾਬ ਦੇ ਗੁਆਂਡ ਵਿੱਚ ਧਰਤੀ ਦੇ ਥੱਲੇੋਂ ਤੇਲ ਦਾ ਭੰਡਾਰ ਮਿਲਿਆ ਹੈ ਜਿਸ ਨਾਲ ਜਨਤਾ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਾਰਬੇਡ ਜ਼ਿਲ੍ਹੇ ਦੇ ਵਿੱਚ 2017 ਦੇ ਵਿੱਚ ਇੱਕ ਤੇਲ ਦੇ ਖੂਦ ਹੀ ਖੁਦਾਈ ਕੀਤੀ ਗਈ ਜਿਸ ਦੇ ਵਿੱਚ ਹੁਣ ਤੇਲ ਦਾ ਭੰਡਾਰ ਮਿਲਿਆ ਹੈ ਜਿੱਥੇ ਰੇਗਿਸਤਾਨ ਦੇ ਵਿੱਚ ਇਸ ਤੇਲ ਦੇ ਭੰਡਾਰ ਦੇ ਮਿਲਣ ਦੀ ਖਬਰ ਮਿਲਦੇ ਹੀ ਲੋਕਾਂ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ ਤੇਲ ਦੇ ਭੰਡਾਰ ਦੀ ਖੋਜ ਦਾ ਐਲਾਨ ਵਿਦਾਂਤ ਦਾ ਸਮੂਹ ਦੀ ਕੰਪਨੀ ਕੇਰਨ ਔਇਲ ਐਂਡ ਗੈਸ ਵਿੱਚ ਕੀਤਾ ਗਿਆ ਦੱਸਿਆ ਗਿਆ ਹੈ ਕਿ ਕੰਪਨੀ ਕੋਲ ਭਰਪੂਰ ਤੇ ਖੇਤਰ ਹੈ ਉਤੇ ਹੀ ਇਸ ਕੰਪਨੀ ਵੱਲੋਂ ਕੀਤੀ ਗਈ ਇਸ ਖੋਜ ਨੂੰ ਦੁਰਗਾ ਦਾ ਨਾਮ ਦਿੱਤਾ ਗਿਆ ਹੈ ਕੰਪਨੀ ਵੱਲੋਂ ਅਕਤੂਬਰ 2018 ਨੂੰ ਲਾਇਗੇ ਬੁਲੀ ਵਿੱਚ ਪਹਿਲੇ ਦੌਰ ਵਿੱਚ ਹੀ ਹਾਸਲ ਕੀਤਾ ਗਿਆ ਸੀ ਦੱਸਿਆ ਗਿਆ ਹੈ ਕਿ ਇਸ ਦੁਰਗਾ ਵਿਖੇ ਖੂਦੀ ਖੁਦਾਈ ਦੀ ਡੂੰਘਾਈ 22600 15 ਮੀਟਰ ਤੱਕ ਕੀਤੀ ਗਈ ਹੈ ਜੋ ਕਿ 2017 ਦੇ ਵਿੱਚ RJONHP ਵੱਲੋਂ ਕੀਤੀ ਗਿਆ শেয়ার ਬਾਜ਼ਾਰ ਵਿੱਚ ਇਸ ਨੂੰ ਸੂਚੀਬੰਦ ਵਿਦਾਤਾ ਸਮੂਹ ਦੀ ਕੰਪਨੀ ਕਹਿ ਰਹਿਣਾ oil and gas live دی پوری સહાયક ਇਕਾਈ ਹੈ दिस व्हिच इज दि निगरानी ਨਾਲ ਜੁੜੀ ਕਮੇਟੀ ਤੋਂ ਮਨਜ਼ੂਰੀ ਵੀ ਮੰਗੀ ਗਈ ਹੈ ਖਬਰ ਲਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ